ਕੈਨੇਡਾ ਗਏ ਮਾਪਿਆਂ ਦੇ ਇੱਕ ਹੋਰ ਜਵਾਨ ਪੁੱਤ ਦੀ ਮੌਤ ਹੋ ਗਈ ਹੈ ਜਿਸ ਦਾ ਮਹਿਜ਼ 1 ਸਾਲ ਪਹਿਲਾਂ ਹੀ ਅਜੇ ਵਿਆਹ ਹੋਇਆ ਸੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਹੱਸਦੇ ਵਸਦੇ ਪਰਿਵਾਰ ਦੀਆਂ ਖੁਸ਼ੀਆਂ ਉਸ ਸਮੇਂ ਉਜੜ ਗਈਆਂ ਜਦੋਂ ਨੌਜਵਾਨ ਦੀ ਮੌਤ ਦੀ ਖਬਰ ਘਰ ਪਹੁੰਚੀ ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਨੌਜਵਾਨ ਸੁਖਦੇਵ ਸ਼ਰਮਾ ਹੈ ਜਿਸ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਆਸਟ੍ਰੇਲੀਆ ਚਲਾ ਗਿਆ ਕਈ ਮਹੀਨੇ ਆਸਟ੍ਰੇਲੀਆ ਰਹਿਣ ਤੋਂ ਬਾਅਦ ਪਿਛਲੇ 5 ਤੋਂ 6 ਮਹੀਨਿਆਂ ਤੋਂ ਇਹ ਆਪਣੀ ਪਤਨੀ ਦੇ ਨਾਲ ਕੈਨੇਡਾ 'ਚ ਰਹਿ ਰਿਹਾ ਸੀ ਦੋਨੋਂ ਪਤੀ ਪਤਨੀ ਕੰਮ ਕਰਦੇ ਸਨ ਅਤੇ ਸੁਖਦੇਵ ਕੰਮ ਤੋਂ ਵਾਪਸ ਪਰਤ ਕੇ ਘਰ ਆ ਕੇ ਲੇਟ ਗਿਆ ਮੌਤ ਤੋਂ 2 ਘੰਟੇ ਪਹਿਲਾਂ ਉਸਨੇ ਆਪਣੀ ਪਤਨੀ ਦੇ ਨਾਲ ਫੋਨ ਤੇ ਗੱਲ ਵੀ ਕੀਤੀ ਜਿਵੇਂ ਹੀ ਸੁਖਦੇਵ ਦੀ ਪਤਨੀ ਸਾਕਸ਼ੀ ਘਰ ਪਹੁੰਚੀ ਤਾਂ ਉਸਨੇ ਸੁਖਦੇਵ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਸੁਖਦੇਵ ਨਹੀਂ ਜਾਗਿਆ ਡਾਕਟਰ ਨੂੰ ਬੁਲਾਇਆ ਤਾਂ ਫਿਰ ਇਹ ਪਤਾ ਲੱਗਿਆ ਕਿ ਸੁਖਦੇਵ ਨੂੰ ਸੁੱਤੇ ਪਏ ਨੂੰ ਹੀ ਹਾਰਟ ਅਟੈਕ ਹੋ ਗਿਆ ਤੇ ਉਸਦੀ ਮੌਤ ਹੋ ਚੁੱਕੀ ਹੈ ਪਤਨੀ ਗਹਿਰੇ ਸਦਮੇ 'ਚ ਹੈ ਤੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਇਹ ਨੌਜਵਾਨ ਪੁੱਤ ਖਿਡਾਰੀ ਰਿਹਾ ਹੈ ਤੇ ਬੁਰੀਆਂ ਅਲਾਮਤਾਂ ਤੋਂ ਵੀ ਕੋਹਾਂ ਦੂਰ ਸੀ ਫਿਰ ਵੀ ਉਸ ਨਾਲ ਇਹ ਭਾਣਾ ਵਰਤਿਆ ਉਹਨਾਂ ਨੇ ਦੱਸਿਆ ਕਿ ਸੁਖਦੇਵ ਇੰਗਲੈਂਡ 'ਚ ਰਹਿੰਦੇ ਆਪਣੇ ਭਰਾ ਦੇ ਘਰ ਜੰਮੀ ਧੀ ਲਈ ਬਹੁਤ ਖੁਸ਼ ਸੀ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਸੀ ਮਿਠਾਈਆਂ ਭੇਜਣ ਦੀ ਗੱਲ ਕਰ ਰਿਹਾ ਸੀ ਸਭ ਕੁਝ ਬੜਾ ਹੀ ਖੁਸ਼ੀ ਵਾਲਾ ਮਾਹੌਲ ਸੀ ਪਰ ਅਚਾਨਕ ਹੀ ਉਸ ਦੀ ਮੌਤ ਨੇ ਸਭ ਕੁਝ ਬਦਲ ਦਿੱਤਾ ਜਿੱਥੇ ਖੁਸ਼ੀਆਂ ਸੀ ਉੱਥੇ ਹੁਣ ਮਾਤਮ ਪਸਰ ਗਿਆ ਹੈ ਇੱਥੇ ਪਰਿਵਾਰਕ ਮੈਂਬਰਾਂ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਨਾਲ ਜੋ ਹੋ ਰਿਹਾ ਹੈ ਉਸ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਆਪਣੇ ਹੀ ਮੁਲਕ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਾ ਜਾਣਾ ਪਵੇ ਤੇ ਮਾਪਿਆਂ ਨੂੰ ਐਡਾ ਵੱਡਾ ਦੁੱਖ ਨਾ ਸਹਿਣਾ ਪਵੇ ਸੁਖਦੇਵ ਸ਼ਰਮਾ ਕਪੂਰਥਲਾ ਦੇ ਪਿੰਡ ਥਿਗਲੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਸਾਲ ਵਿਆਹ ਤੋਂ ਬਾਅਦ ਹੀ ਵਿਦੇਸ਼ ਗਿਆ ਸੀ ਆਸਟ੍ਰੇਲੀਆ ਤੋਂ ਬਾਅਦ ਆਪਣੀ ਪਤਨੀ ਕੋਲ ਕੈਨੇਡਾ ਚਲਾ ਗਿਆ ਤੇ ਉੱਥੇ ਹੀ ਸੁੱਤੇ ਪਏ ਨੂੰ ਦਿਲ ਦਾ ਦੌਰਾ ਪਿਆ ਤੇ ਉਸਦੀ ਮੌਤ ਹੋ ਗਈ ਭਰਾ ਸਰਪੰਚ ਕੁਲਵੰਤ ਰਾਏ ਭੱਲਾ ਉਹਨਾਂ ਦਾ ਬੇਟਾ ਸੁਖਦੇਵ ਸ਼ਰਮਾ ਉਰਫ ਸੁੱਖ ਕਰੀਬ 5 ਕੁ ਸਾਲ ਤੋਂ ਇੱਥੋਂ ਵਿਦੇਸ਼ ਗਿਆ ਸੀ ਸਾਢੇ ਚਾਰ ਸਾਲ ਉਹ ਉੱਥੇ ਆਸਟ੍ਰੇਲੀਆ ਰਿਹਾ ਉਸ ਤੋਂ ਬਾਅਦ ਉਹਦੀ ਪਿਛਲੇ ਸਾਲ ਮੈਰਿਜ ਹੋਈ 12-14 ਮਹੀਨੇ ਹੋਏ ਅਜੇ ਅਤੇ ਫਿਰ 7 ਕੁ ਮਹੀਨੇ ਹੋ ਗਏ ਆ ਆਪਣੀ ਵਾਈਫ ਦੇ ਨਾਲ ਘਰ ਵਾਲੀ ਦੇ ਕੋਲ ਉੱਥੇ ਕੈਨੇਡਾ ਚਲ ਗਿਆ ਉਹ ਉੱਥੇ ਪੜ੍ਹਾਈ ਕਰ ਰਹੀ ਸੀ 7 ਕੁ ਮਹੀਨੇ ਤੋਂ ਉੱਥੇ ਦੋਨੋਂ ਜੀ ਵਧੀਆ ਆਪਣੇ ਆਨੰਦ 'ਚ ਰਹਿ ਰਹੇ ਸੀ ਅਤੇ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਪਰ ਅਚਾਨਕ ਸਾਡੇ 'ਤੇ ਪਹਾੜ ਡਿੱਗ ਪਿਆ ਜਿਹੜਾ ਉਹਦੀ ਅਚਨਚੇਤ ਮੌਤ ਹੋ ਗਈ ਜਿਸ ਦਾ ਸਦਮਾ ਅਸੀਂ ਪਰਿਵਾਰ ਨੇ ਤਾਂ ਝੱਲਿਆ ਸੁਣਿਆ ਸਾਡਾ ਪੂਰਾ ਨਗਰ ਮੇਰਾ ਇਲਾਕਾ ਇਹ ਬਹੁਤ ਇਸ ਘਟਨਾ ਤੋਂ ਪ੍ਰਭਾਵਿਤ ਹੋਇਆ ਅਸੀਂ ਸਰਕਾਰ ਤੋਂ ਪਰਜੋਰ ਇਹੋ ਹੀ ਮੰਗ ਕਰਦੇ ਹਾਂ ਅੱਬਲ ਤਾਂ ਸਰਕਾਰ ਦਾ ਇਹ ਧਿਆਨ ਇੱਧਰ ਦੇਵੇ ਕਿਉਂ ਅਚਾਨਕ ਇੰਨੀਆਂ ਮੌਤਾਂ ਡੇਲੀ ਹੋ ਰਹੀਆਂ